ਚੀਟਡ ਦ ਪੂਅਰੈਸਟ ਆਫ ਦ ਪੂਅਰ, ਦਲਿਤ ਭਾਈਚਾਰੇ ਨੂੰ ਇਹਨੇ ਚੀਟ ਕੀਤਾ, ਉਹਦੀ ਇਨਕੁਆਇਰੀ ਤਾਂ ਪਾ ਦਿੱਤੀ ਕੂੜੇਦਾਨ 'ਚ, ਅਤੇ ਇਹਨੂੰ ਲਿਆ ਕੇ ਆਹ ਸਨਮਾਨਿਤ ਕਰ ਰਿਹਾ। ਨਹੀਂ ਬਣਾਉਣਾ, ਇਹਨੂੰ ਤਾਂ ਜੇਲ੍ਹ 'ਚ ਦੇਣਾ ਚਾਹੀਦਾ। ਕਿ ਜਿਵੇਂ ਤੂੰ ਵਿਜੇ ਸਿੰਗਲਾ ਫੜਿਆ ਸੀ, ਜੇ ਲੱਤਾਂ 'ਚ ਜਾਨ ਹੈ ਤਾਂ ਫਿਰ ਭਾਊ ਆ ਇਹਨੂੰ ਵੀ ਫੜ ਕੇ ਵਿਖਾ। ਕਿੱਥੇ ਕਰਨਗੇ? ਆਪਾਂ ਸੁਣਾਂਗੇ, ਤੁਸੀਂ ਵੀ ਸੁਣਿਓ। ਥੈਂਕ ਯੂ। ਦੇਖੋ, ਇਹਦੇ ਚ ਬੜਾ ਤੁਹਾਡਾ ਇੰਪੋਰਟੈਂਟ ਸਵਾਲ ਹੈ, ਮੈਂ ਥੋੜੀ ਜਿਹੀ ਗੱਲ ਪਹਿਲਾਂ ਕਰਕੇ ਰਹਿ ਗਿਆ। ਦਲਿਤ ਡਿਪਟੀ ਸੀਐਮ ਬਣਾਉਣ ਦੀ ਗੱਲ ਸੁਖਵਿੰਦਰ ਕੋਟਲੀ ਨੇ ਕੀਤੀ, ਅਤੇ ਉਹਨੂੰ ਇਹ ਕਹਿਤਾ ਕਿ ਇਹਨੂੰ ਤਾਂ ਦੌਰਾ ਪੈ ਗਿਆ, ਇਹਨੂੰ ਜੁੱਤੀ ਸੰਘਾਓ ਮੇਰੀ। ਜੇ ਦਲਿਤ ਭਾਈਚਾਰੇ ਦੀ ਕੋਈ ਗੱਲ ਕਰੇ, ਜਿਹੜਾ ਦਲਿਤ ਭਾਈਚਾਰੇ ਨੂੰ ਠੱਗੇ ਚੱਬੇਵਾਲ ਸਾਹਿਬ ਵਰਗੇ, ਔਰ ਉਹਦੀ ਇਨਕੁਆਇਰੀ ਕੌਣ ਕਰੇ? ਇੱਕ ਓਨੈਸਟ ਡੀ ਸੀ, ਜਿਹੜੇ ਅਗੇਨ ਬਿਲੋਂਗਸ ਟੂ ਸ਼ਡਿਊਲ ਕਾਸਟ ਕਮਿਊਨਿਟੀ, ਸੰਦੀਪ ਹੰਸ ਜੀ, ਜਿਹਨੂੰ ਅੱਜ ਇਹਨਾਂ ਨੇ ਤਿੰਨ ਤਿੰਨ ਵੱਡੇ ਮਹਿਕਮਿਆਂ ਦੇ ਚਾਰਜ ਦਿੱਤੇ, ਉਹ ਇਨਕੁਆਇਰੀ ਕਰੇ। ਕਿਉਂ? ਕਿਉਂਕਿ ਉਹਨੂੰ ਦਰਦ ਹੋਇਆ ਕਿ ਹੀ ਹੈਜ਼ ਚੀਟਡ ਦ ਪੂਅਰੈਸਟ ਆਫ ਦ ਪੂਅਰ, ਦਲਿਤ ਭਾਈਚਾਰੇ ਨੂੰ ਇਹਨੇ ਚੀਟ ਕੀਤਾ, ਉਹਦੀ ਇਨਕੁਆਇਰੀ ਤਾਂ ਪਾ ਦਿੱਤੀ ਕੂੜੇਦਾਨ 'ਚ, ਅਤੇ ਇਹਨੂੰ ਲਿਆ ਕੇ ਆਹ ਸਨਮਾਨਿਤ ਕਰ ਰਿਹਾ। ਅਤੇ ਕੀ ਇਹਨਾਂ ਦਲਿਤ ਭਰਾਵਾਂ ਪ੍ਰਤੀ ਕੀ ਸੋਚ ਹੈ? ਕੀ ਇਹਨਾਂ ਨੇ ਦੇਣਾ ਦਲਿਤ ਭਰਾਵਾਂ ਨੂੰ? ਇਸ ਇਹ ਫੋਟੋ ਸਭ ਕੁਝ ਜਗ ਜ਼ਾਹਰ ਕਰ ਰਹੀ ਹੈ, ਆਹ ਇਨਕੁਆਇਰੀ ਰਿਪੋਰਟ ਜਗ ਜ਼ਾਹਰ ਕਰ ਰਹੀ ਹੈ। ਨਹੀਂ ਬਣਾਉਣਾ, ਇਹਨੂੰ ਤਾਂ ਜੇਲ੍ਹ 'ਚ ਦੇਣਾ ਚਾਹੀਦਾ, ਔਰ ਜਿਹੜੇ ਇਹਦੀ ਮਦਦ ਕਰ ਰਹੇ ਹੈ ਉਹਨਾਂ ਨੂੰ ਵੀ ਜੇਲ੍ਹ 'ਚ ਦੇਣਾ ਚਾਹੀਦਾ, ਚਾਹੇ ਉਹ ਭਗਵੰਤ ਮਾਨ ਹੈ, ਚਾਹੇ ਉਹ ਧੰਨਾ ਇੰਦਰਪਾਲ, ਕੀ ਨਾਂ ਉਹਦਾ, ਇੰਦਰਪਾਲ ਹੈ, ਪਤਾ ਨਹੀਂ ਗੁਰਕਬਾਲ ਹੈ, ਇੰਦਰਪਾਲ ਹੈ, ਜਿਹੜਾ ਵੀ ਹੈ ਉਹਦਾ, ਉਹਨੂੰ ਵੀ ਫੜ ਕੇ ਅੰਦਰ ਦੇਣਾ ਚਾਹੀਦਾ। ਔਰ ਇਹਦੇ 'ਚ ਤਾਂ ਦੇਖੋ, ਇਹ ਜੁਆਇਨਿੰਗ ਦਾ ਅਸਲ ਸ਼੍ਰੇ ਵਿਜੀਲੈਂਸ ਮਹਿਕਮੇ ਨੂੰ ਅਤੇ ਇਹਨਾਂ ਅਫਸਰਾਂ ਨੂੰ ਮੈਂ ਦੇ ਸਕਦਾ ਜਿਹਨਾਂ ਨੇ ਇਨਕੁਆਇਰੀ ਕੀਤੀ। ਜੇ ਕਿਤੇ ਕਲੀਨ ਚਿੱਟ ਦਿੱਤੀ ਹੁੰਦੀ ਤਾਂ ਇਹ ਕਿਤੇ ਆਉਂਦਾ ਸੀ ਇਹਨਾਂ ਕੋਲ? ਮਤਲਬ ਇਹ ਤਾਂ ਹਾਲ ਹੈ, ਹੁਣ ਅਫਸਰਾਂ ਦਾ ਕੀ ਬਣੂ? ਸਮ ਅਫਸਰ ਜਿਨ੍ਹਾਂ ਨੇ ਸਹੀ ਕੰਮ ਕੀਤਾ, ਹੁਣ ਉਹਨਾਂ ਜਦੇ ਆਮ ਆਦਮੀ ਪਾਰਟੀ 'ਚ ਚਲੇ ਗਿਆ ਤਾਂ ਉਹਨਾਂ ਦਾ ਇੱਕ ਅਨਮੋਲ ਹੀਰਾ ਬਣ ਗਿਆ, ਅਤੇ ਫਿਰ ਹੁਣ ਮੁੜ ਕੇ ਤਾਂ ਇਹਨਾਂ ਅਫਸਰਾਂ ਦੀ ਐਸੀ ਤੈਸੀ ਫਿਰਨੀ ਆ, ਇਹ ਤਾਂ ਹਾਲਾਤ ਹੈ। ਹਾਂਜੀ, ਦੇਖੋ ਇਹ ਇਨਕੁਆਇਰੀ ਰਿਪੋਰਟ ਤਾਂ ਮੈਂ ਕਹਿੰਦਾ ਸਭ ਤੋਂ ਪਹਿਲਾਂ ਚੀਫ ਮਿਨਿਸਟਰ ਆਪਦੇ ਮੋਬਾਈਲ ਤੋਂ ਜਨਤਕ ਕਰੇ ਇਹ ਇਨਕੁਆਇਰੀ। ਮੈਂ ਫੇਰ ਕਹਿ ਰਿਹਾ, ਇਹਦੀ ਸ਼ੁਰੂਆਤ ਮੁੱਢ ਇੱਕ ਸ਼ਿਕਾਇਤ ਕਰਤਾ ਜਿਹਨੇ ਉਸ ਵੇਲੇ, ਉਹਦਾ ਨਾਂ ਹੈ ਜੀ ਨਰਿੰਦਰ ਪਾਲ, ਜਿਹਨੇ ਉਦੋਂ ਇਲੈਕਸ਼ਨ ਕਮਿਸ਼ਨ ਨੂੰ ਕੀਤੀ ਸੀ 2022 'ਚ ਖਨੌੜੇ ਪਿੰਡ ਤੋਂ, 7/2/2022 ਉਹਦੀ ਨਹੀਂ ਸੁਣੀ ਗਈ, ਕਿਉਂਕਿ ਡੀ ਸੀ ਕੋਲ ਗਈ, ਡੀ ਸੀ ਚੱਬੇਵਾਲ ਸਾਹਿਬ ਅਤੇ ਕਾਂਗਰਸ ਦਾ ਲਵਾਇਆ ਸੀ, ਮੁੜ ਕੇ ਆਮ ਆਦਮੀ ਪਾਰਟੀ ਦਾ ਕੈਂਡੀਡੇਟ ਹਰਮਿੰਦਰ ਸੰਧੂ ਜਿਹੜਾ ਹਾਰ ਗਿਆ ਚੱਬੇਵਾਲ ਸਾਹਿਬ, ਉਹਨੇ ਚੱਕ ਕੇ ਆ ਸਾਰੀ ਸ਼ਿਕਾਇਤ ਕੀਤੀ। ਅੱਜ ਭਾਈ ਸ਼ਿਕਾਇਤ ਕਰਤਾ ਕੌਣ? ਆਮ ਆਦਮੀ ਪਾਰਟੀ। ਸ਼ਿਕਾਇਤ ਕਰਤਾ ਸਰਪੰਚ, ਸਰਪੰਚ ਜਿਹੜੇ ਆਮ ਆਦਮੀ ਪਾਰਟੀ 'ਚ ਚਲੇ ਗਏ ਇਸ ਆਸ ਨਾਲ ਕਿ ਇਹਨੂੰ ਜੇਲ੍ਹ ਹੋਊਗੀ, ਅੱਜ ਲਿਆ ਕੇ ਉਹਨਾਂ ਦੇ ਸਿਰ 'ਤੇ ਬਿਠਾਤਾ। ਅਤੇ ਇਹ ਫਾਈਲ ਜਨਤਕ ਕਰਪਸ਼ਨ ਦੀ ਚੀਫ ਮਿਨਿਸਟਰ ਆਪ ਕਰੇ, ਵਿਜੀਲੈਂਸ ਮਹਿਕਮੇ ਨੇ ਇਹਨੂੰ
ਇਨਕੁਆਇਰੀ ਰਿਪੋਰਟਾਂ 'ਚ ਇਹਨੂੰ ਗਿਲਟੀ ਫੜਾਇਆ ਫਾਰ ਫੋਰਜਰੀ। ਜਿਹਨੂੰ 10 ਸਾਲ ਦੀ ਸਜ਼ਾ ਹੋਣੀ ਚਾਹੀਦੀ ਸੀ ਉਹ ਤਾਂ ਬਣ ਗਿਆ ਚਿਹਰਾ ਮੂਹਰਾ ਆਪਦਾ। ਇੱਕ ਤਾਂ ਨਾ ਇਹ ਵੈਸੇ ਮੈਂ ਇਸ ਇੱਕ ਦਿਨ ਲਾਊਂਗਾ ਟਾਈਮ, ਇਹ ਪਤਾ ਨਹੀਂ ਆਮ ਆਦਮੀ ਪਾਰਟੀ ਨੇ ਆਪਦਿਆਂ ਦੇ MLA-ਆਂ ਦਾ ਮੁੱਲ 25 ਕਰੋੜ ਹੀ ਪਾਇਆ। ਉਹ ਦਿੱਲੀ 'ਚ ਕੇਜਰੀਵਾਲ ਸਾਹਿਬ ਨੇ ਜਿਹੜੀ ਸ਼ਿਕਾਇਤ ਦਿੱਤੀ ਸੀ ਉੱਥੇ ਵੀ ਕਹਿੰਦੇ 25-25 ਕਰੋੜ ਆਫਰ ਹੋਇਆ। ਇੱਥੇ ਜਾ ਕੇ ਚੀਮਾ ਸਾਹਿਬ ਨੇ ਸ਼ਿਕਾਇਤ ਦਿੱਤੀ ਹੈ DGP ਨੂੰ ਕਿ ਸਾਡਿਆਂ ਨੂੰ 25-25 ਕਰੋੜ ਆਫਰ ਹੋਇਆ। ਅੱਜ 2-2.5 ਸਾਲ ਬੀਤ ਗਏ ਹੈ, ਸਪੈਸ਼ਲ ਸੈਸ਼ਨ ਬੁਲਾਇਆ ਗਿਆ, ਇੱਕ ਤਾਂ ਦਿੱਲੀ ਸ਼ਿਕਾਇਤ ਅਤੇ ਪੰਜਾਬ ਸ਼ਿਕਾਇਤ, ਮੁੱਲ 25-25 ਕਰੋੜ, ਅਤੇ ਉਸ ਇਨਕੁਆਇਰੀ ਰਿਪੋਰਟ ਦਾ ਅੱਜ ਤੱਕ ਕੀ ਹੋਇਆ? ਜਦ ਚੁਣੇ ਹੋਏ ਨੁਮਾਇੰਦੇ ਨੂੰ 25 ਕਰੋੜ ਦੀ ਆਫਰ ਹੋਵੇ ਅਤੇ ਉਹਦਾ ਸੱਚਾਈ ਸਾਹਮਣੇ ਨਾ ਆਵੇ ਕਿ ਇਹਦੀ ਸੂਹ ਮੋਟੋ ਹਾਈਕੋਰਟ ਨੂੰ ਇਨਕੁਆਇਰੀ CBI ਤੋਂ ਨਹੀਂ ਕਰਾਉਣੀ ਚਾਹੀਦੀ? ਇਸ ਦਾ ਚੀਫ ਮਿਨਿਸਟਰ ਲਾਈਂਗ ਹਰਪਾਲ ਚੀਮਾ, ਜਿਹੜਾ ਅੱਜ ਇਹਨਾਂ ਨੂੰ ਇਹਦੇ ਛੋਲੇ ਗਾਉਣ ਡਿਆ, ਉਹੀ ਬੰਦਾ ਉਦੋਂ ਸੀ। ਜੇ ਇਹ ਝੂਠ ਬੋਲ ਰਿਹਾ ਤਾਂ ਇਹਨਾਂ 'ਤੇ ਕਾਰਵਾਈ ਹੋਵੇ। ਮਗਰ ਹੂਜ਼ ਟੂ ਟੇਕ ਐਕਸ਼ਨ? ਇੰਡੀਪੈਂਡੈਂਟ ਏਜੰਸੀ ਔਰ ਦਾ ਕੋਰਟਸ? ਅਤੇ ਚੰਗੀ ਗੱਲ ਹੈ, ਹੋ ਜਾਏ ਇਹਦੀ, ਜੇ ਕੋਈ ਦੇ ਰਿਹਾ ਸੀ ਉਹਦਾ ਵੀ ਸਾਹਮਣੇ ਆ ਜਾਏ, ਜੇ ਕੋਈ ਝੂਠ ਬੋਲ ਰਿਹਾ ਸੀ ਤਾਂ ਉੱਤੇ ਕਾਰਵਾਈ ਹੋ ਜਾਵੇ। ਉਹ ਚਲੋ, ਉਹ ਜਿਹਨੇ ਕਦੋਂ ਭੱਜਣਾ ਤੁਹਾਡੇ ਸਾਹਮਣੇ ਆਈ ਜਾਣਾ। ਮਗਰ ਆਮ ਆਦਮੀ ਪਾਰਟੀ ਦਾ ਅਤੇ ਕਾਂਗਰਸ ਪਾਰਟੀ ਦਾ ਗਠਬੰਧਨ ਕਿੱਡਾ ਮਜ਼ਬੂਤ ਹੈ ਉਹ ਤਾਂ ਤੁਸੀਂ ਵਿਧਾਨ ਸਭਾ 'ਚ ਵੇਖ ਲਓ। ਜਦੋਂ ਪ੍ਰਧਾਨ ਪ੍ਰਦੇਸ਼ ਕਾਂਗਰਸ ਦਾ ਨਾਂ ਲੈਂਦਾ ਅਤੇ ਉਹਦੀ ਫਾਈਲ ਦਾ ਜ਼ਿਕਰ ਕਰਦਾ, ਮੁੜ ਕੇ ਤਾਂ ਉਹ ਸੌਂ ਜਾਂਦਾ ਆਮ ਆਦਮੀ ਪਾਰਟੀ ਦੇ ਹੱਕ 'ਚ। ਔਰ ਜੇ ਕੋਈ ਨਹੀਂ ਸੌਂਦਾ ਉਹਨੂੰ ਜੇਲ੍ਹ ਹੋ ਜਾਂਦੀ ਹੈ ਜਾਂ ਉਹਨੂੰ ਜੁਆਇਨ ਕਰਾਤਾ ਜਾਂਦਾ। ਹੁਣ ਜਿਹੜੇ 3-4 ਅੜੇ ਸੀ, ਚਾਹੇ ਆਸ਼ੂ ਜੀ ਅੜੇ ਜੇਲ੍ਹ ਹੋ ਗਈ, ਚਾਹੇ ਉਹ ਸੋਨੀ ਸਾਹਿਬ ਅੜੇ ਜੇਲ੍ਹ ਹੋ ਗਈ, ਅਤੇ ਧਰਮਸੋਤ, ਆਹ 3-4 ਹੋਰ, ਸ਼ਾਮ ਸੁੰਦਰ ਅਰੋੜਾ, ਜਿਹੜਾ ਮੰਨ ਜਾਂਦਾ ਉਹਨੂੰ ਫਾਈਲ ਫੁਇਲ ਵਿਖਾ ਕੇ ਬੀਨ ਬੂਨ ਵਜਾ ਕੇ ਨਾਲ ਲੈ ਲੈਂਦੇ ਕਿ ਚੰਗਾ ਤੂੰ ਗੁੱਡ ਬੰਦਾ ਬਣ ਗਿਆ, ਤੈਨੂੰ ਧੋਤਾ ਸੀ ਆਮ ਆਦਮੀ ਪਾਰਟੀ। ਹੁਣ ਮੈਨੂੰ ਅੱਜ ਤਾਂ ਇਹਦੀ ਫਾਈਲ ਹੀ ਆਈ ਸੀ ਮੇਰੇ ਕੋਲ, ਜੇ ਉਹਦੀ ਆਈ ਤੇ ਉਹ ਦੱਸ ਦੂੰਗਾ, ਬਟ ਉਹਦੀ ਫਾਈਲ ਫੁਇਲ ਮੈਨੂੰ ਲੱਗਦਾ ਨੀ ਕੋਈ ਹੈ, ਉਹ ਜਰਾ ਛੋਟੀ ਮੋਟੇ ਕੰਮ ਚ ਜ਼ੋਰ ਦੇ। ਇਹ ਨਾ ਮੈਨੂੰ ਕਿਸੇ ਆਨੈਸਟ ਅਫਸਰ ਨੇ ਦਿੱਤੀ ਆ, ਜਿਹਦੀ ਹਾਲੇ ਵੀ ਰੀੜ ਦੀ ਹੱਡੀ ਜਾਗਦੀ ਹੈ। ਹਾਲੇ ਵੀ ਕੋਈ ਅਫਸਰ ਇਹੋ ਜਿਹੇ ਨੇ ਜਿਹੜੇ ਚਾਹੁੰਦੇ ਆ ਕਿ ਭਾਈ ਦਲਿਤਾਂ ਨਾਲ, ਗਰੀਬਾਂ ਨਾਲ ਜੇ ਕੋਈ ਫਰੋਡ ਕਰੇ ਉਹਦੇ ਉਹਦੀ ਜੇਲ੍ਹ ਹੋਣੀ ਚਾਹੀਦੀ, ਉਹਦੀ ਉਹਨੂੰ ਆਮ ਆਦਮੀ ਪਾਰਟੀ ਸਨਮਾਨਿਤ ਨਾ ਕਰੇ। ਦੇਖੋ, ਪਹਿਲਾ ਸਟੈਪ ਤਾਂ ਕਿ ਭਗਵੰਤ ਮਾਨ ਨੂੰ ਐਕਸਪੋਜ਼ ਕਰਨਾ, ਕਿ ਜਿਵੇਂ ਤੂੰ ਵਿਜੇ ਸਿੰਗਲਾ ਫੜਿਆ ਸੀ, ਜੇ ਲੱਤਾਂ 'ਚ ਜਾਨ ਹੈ ਤੇ ਫਿਰ ਭਾਊ ਆ ਇਹਨੂੰ ਵੀ ਫੜ ਕੇ ਵਿਖਾ। ਹਾਂ, ਇਹ ਫਰਕ ਜ਼ਰੂਰ ਹੈ ਕਿ ਗਵਾਹੀ ਵਿਜੇ ਸਿੰਗਲੇ ਦੀ ਅੱਜ ਤੱਕ ਨਹੀਂ ਦਿੱਤੀ, ਇਹਦੀ ਗਵਾਹੀ ਵੀ ਤੇਰੇ ਹੋਈ ਖੜੀ ਹੈ,
ਇਹ ਤਾਂ ਕਾਗਜ਼ ਇਕੱਲੇ ਕੋਰਟ 'ਚ ਦਾਖਲ ਕਰਨੇ, ਉਹਨੂੰ ਫੜ ਕੇ ਅੰਦਰ ਦੇਣਾ ਅਤੇ ਕੋਰਟ ਨੇ ਇਹਦੇ 'ਚ ਫੈਸਲਾ ਹੀ ਕਰਦੇ, ਕਿਉਂਕਿ ਓਪਨ ਐਂਡ ਸ਼ਟ ਕੇਸ ਹੈ ਫੋਰਜਰੀ ਦਾ। ਇਹਦੇ 'ਚ ਇਨਕੁਆਇਰੀ ਰਿਪੋਰਟ ਬੀ ਡੀ ਓਜ਼ ਦੀ, ਡੀ ਸੀ ਦੀ, ਪ੍ਰਿੰਸੀਪਲ ਸੈਕਟਰੀ ਦੀ, ਐੱਸ ਐੱਸ ਪੀ ਦੀ, ਡੀ ਆਈ ਜੀ ਦੀ, ਸਭ ਦੀ ਆਈ ਖੜੀ। ਔਰ ਇਹ ਤੁਹਾਨੂੰ ਵੀ ਪਤਾ ਕਿ ਬੀ ਡੀ ਓ ਦੇ ਕਾਗਜ਼ਾਂ 'ਚ ਕਦੇ ਵੀ ਉਹਦੇ ਲੈਟਰ ਪੈਡ ਥੱਲੇ ਐੱਮ ਐੱਲ ਏ ਦੇ ਸਾਈਨ ਨਹੀਂ ਹੋ ਸਕਦੇ, ਨਹੀਂ ਉਹ ਕਦੇ ਵੀ ਨਹੀਂ ਪਾਏ ਜਾਣਗੇ। ਇਹ ਤਾਂ ਤੁਹਾਨੂੰ ਸਭ ਨੂੰ ਪਤਾ, ਇਹ 'ਚ ਹੋਏ ਹੋਏ ਆ। ਫੜ ਕੇ ਅੰਦਰ ਦਿਓ, ਨਹੀਂ ਦਿਓਗੇ ਅੰਦਰ ਤਾਂ ਤੁਸੀਂ ਪੁਲਿਸ 'ਚੋਂ ਰਲੀ ਆ। ਉਹ ਦੂਜਾ ਸ਼ਬਦ ਮੈਂ ਵਰਤਣਾ ਨਹੀਂ ਚਾਹੁੰਦਾ, ਤੁਸੀਂ ਸਿਆਣੇ। ਉਹ 13-0 ਦੀ ਤਿਆਰੀ ਹੋ ਰਹੀ ਆ ਭਾਉ, ਇਹ 13-0 ਦੀ ਤਿਆਰੀ ਆ, 0-13 ਰਹਿਣਾ ਸਕੋਰ ਇਹਦਾ। ਇਸ ਤਰ੍ਹਾਂ ਦੇ ਹੋਰ 2-3 ਚਾਹੀਦੇ ਤੇ ਹੈਗੇ, ਧਰਮਸੋਤ ਨੂੰ ਵੀ ਦੇ ਦਿਓ ਟਿਕਟ। ਬੜਾ ਕਾਬਲ ਬੰਦਾ, ਬਾਹਰ ਹੀ ਨਹੀਂ ਆਉਣ ਡਿਆ, ਕੋਰਟ ਹੀ ਨਹੀਂ ਵਿਚਾਰੇ ਨੂੰ ਕੱਢ ਰਹੀ ਬਾਹਰ, ਕੀ ਇਹ ਨਹੀਂ ਕੱਢਿਆ ਜਾ ਸਕਦਾ। ਜੱਜ ਸਾਹਿਬ ਲਿਖੂ ਕਿ ਉਹਦੇ ਹੱਕ 'ਚ ਕੁਝ, ਦਿਖਦਾ ਹੀ ਨਹੀਂ ਕਿ ਹੱਕ 'ਚ ਲਿਖੂ ਕਿ, ਉਹਨੂੰ ਵੀ ਦੇ ਦਿਓ ਟਿਕਟ। ਆਹ ਕਿਹੜੀ ਰਿਜ਼ਰਵ ਕੋਂਸਟੀਟੂਐਂਸੀ ਆ ਜੀ, ਆ ਨਾਲ ਦਾ ਕੋਈ ਹਲਕਾ ਵੇਖ ਕੇ ਦੇ ਦੇਣ, ਕਿੱਡਾ ਕਾਬਲ ਬੰਦਾ। ਸੋ ਇਹ ਕਰਪਸ਼ਨ ਉੱਤੇ ਜੋ ਪੋਲਿਸੀ ਮੌਜੂਦਾ ਸਰਕਾਰ ਦੀ ਅਡੋਪਟ ਹੋਈ ਹੈ, ਔਰ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਜਿਹੜਾ ਕਰਪਸ਼ਨ ਨੂੰ ਲੈ ਕੇ ਗੱਠਜੋੜ ਹੈ, ਤੁਹਾਡੇ ਸਾਹਮਣੇ ਮੈਂ ਲੈ ਕੇ ਆਇਆ, ਔਰ ਇਹ ਫਾਈਲ ਵੀ ਭਗਵੰਤ ਮਾਨ ਦੇ ਦਫ਼ਤਰ 'ਚੋਂ ਆਈ ਹੈ, ਸਮਝੋ। ਕਿੱਥੇ ਕਰਨਗੇ, ਆਪਾਂ ਸੁਣਾਂਗੇ, ਤੁਸੀਂ ਵੀ ਸੁਣਿਓ। ਥੈਂਕ ਯੂ।